ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੀ ਹੈ ਸਾਰੇ ਠੀਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਮੇਰੀ ਲੋਕੇਸ਼ਨ ਤੋਂ ਤੇ ਆਸ-ਪਾਸੇ ਵੇਖ ਕੇ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਮੈਂ ਇਸ ਟਾਈਮ ਕਿੱਥੇ ਆ ਉੱਪਰ ਬੋਰ ਲੱਗਾ ਜੀ ਚੜ੍ਹਦੀ ਕਲਾ ਠੀਕ ਹੈ ਜੀ ਤੇ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਚਾਂਪਾਂ ਲੱਗ ਰਹੀਆਂ ਟਿੱਕੇ ਲੱਗ ਰਹੇ ਆ ਪਨੀਰ ਟਿੱਕਾ ਲੱਗ ਰਿਹਾ ਵਾ ਤੇ ਅੱਜ ਅਸੀਂ ਆਏ ਆ ਜੀ ਅਜੀਤ ਨਗਰ ਇਹ ਦੁਕਾਨ ਹੈਗੀ ਆ ਇਹ ਪੰਜਾਬ ਦੀ ਸਭ ਤੋਂ ਪੁਰਾਣੀ ਦੁਕਾਨ ਆ ਜਿੱਥੇ ਸਭ ਤੋਂ ਪਹਿਲਾਂ ਮਤਲਬ ਚਾਂਪਾਂ ਲੱਗਣੀਆਂ ਸ਼ੁਰੂ ਹੋਈਆਂ ਸੀ ਠੀਕ ਹੈ ਤੇ ਇੱਥੇ ਸਾਰੇ ਗੁਰਸਿੱਖ ਬੰਦੇ ਤਿਆਰ ਕਰਦੇ ਆ ਤੇ ਇਹ ਜਿਹੜੀ ਦੁਕਾਨ ਜੀ ਹੈ ਇਹ 16 ਸਾਲ ਪੁਰਾਣੀ ਦੁਕਾਨ ਆ ਤੇ ਇਸ ਦੁਕਾਨ ਨੂੰ ਮਤਲਬ 9 ਸਾਲ ਇਸ ਸਾਈਡ ਤੇ ਸੀ ਤੇ ਹੁਣ 7 ਸਾਲ ਇਸ ਸਾਈਡ ਤੇ ਹੋ ਗਏ ਦੁਕਾਨ ਨੂੰ ਆਏ ਹੋਏ ਇੱਥੇ ਜੋ ਵੀ ਕੁਝ ਤਿਆਰ ਹੁੰਦਾ ਚਾਂਪਾਂ ਟਿੱਕੇ ਜੋ ਵੀ ਆ ਸਾਈਡ ਤੇ ਡੋਸੇ ਵੀ ਲੱਗ ਰਹੇ ਆ ਮਤਲਬ ਇਹ ਸਾਰਾ ਕੁਝ ਸਾਫ ਸੁਥਰੇ ਵੇ ਦੇ ਨਾਲ ਬਣਾਉਂਦੇ ਆ ਤੇ ਕਸਟਮਰਸ ਦਾ ਜਿਹੜਾ ਰਸ਼ ਹੈਗਾ ਉਹ ਤੁਸੀਂ ਅੰਦਰ ਦੇਖ ਹੀ ਸਕਦੇ ਹੋ ਚਲੋ ਆਓ ਜੀ ਤੁਹਾਨੂੰ ਲੈ ਚੱਲਦੇ ਪਹਿਲਾਂ ਤੁਸੀਂ ਦੇਖੋ ਜੀ ਚਾਂਪਾਂ ਸਤਿ ਸ਼੍ਰੀ ਅਕਾਲ ਭਾਜੀ ਤੇ ਤੁਸੀਂ ਪਲੀਜ਼ ਮੈਨੂੰ ਥੋੜਾ ਜਿਹਾ ਦੱਸੋਗੇ ਕਿ ਕਿੱਦਾਂ ਤੁਸੀਂ ਇਹ ਤਿਆਰ ਕਰਦੇ ਹੋ ਸਭ ਤੋਂ ਪਹਿਲਾਂ ਤੇ ਦੱਸੋ ਕਿ ਸਵੇਰੇ ਮਾਰਨਿੰਗ ਆਉਂਦੇ ਹੋ ਜਾਂ ਈਵਨਿੰਗ ਦਾ ਕੰਮ ਹੈ ਮਾਰਨਿੰਗ ਮਾਰਨਿੰਗ ਕਿੰਨੇ ਵਜੇ ਆ ਜਾਂਦੇ ਹੋ 11:30 ਵਜੇ ਆ ਕੇ ਸਾਡੀ ਤਿਆਰੀ ਕਰਦੇ ਹੋ ਤੇ ਕਿੱਦਾਂ ਕਿੱਦਾਂ ਤਿਆਰ ਕਰਦੇ ਹੋ ਕਾਦੀਆਂ ਪਾਉਂਦੀਆਂ ਨੇ ਭਾਈ ਜੀ ਤਿਆਰ ਕਰ ਰਹੇ ਹੋ ਸੋਇਆ ਚਾਪ ਸੋਇਆ ਬੀਨ ਦੀ ਪਾਉਂਦੀ ਹੈ ਹਾਂਜੀ ਸੋਇਆ ਚਾਪ ਤੇ ਇਸ ਤੋਂ ਬਿਨਾ ਹੋਰ ਕੀ ਕੀ ਇੱਥੇ ਪਨੀਰ ਟਿੱਕਾ ਹੈ ਜੀ ਥੋੜਾ ਨੀਚੇ ਕਰਕੇ ਦੱਸੋ ਪਨੀਰ ਟਿੱਕਾ ਜੀ ਮਲਾਈ ਚਾਪ ਠੀਕ ਹੈ ਮਲਾਈ ਚਾਪ ਕਾਦੀ ਮਤਲਬ ਬੰਦੀ ਹੈ ਵੀ ਸੋਇਆ ਬੀਨ ਦੀ ਸੋਇਆ ਬੀਨ ਠੀਕ ਹੈ ਅਸੋਇਆ ਕਬਾਬ ਹੈ ਵੈਸੇ अफगानी चाप सोयाबीन टिक्का भी चाप होंगी जी ठीक है जी ਤੇ ਇਹਨੂੰ ਤੁਹਾਨੂੰ ਮਤਲਬ ਕਿੰਨਾ ਕੁ ਚਿਰ ਲੱਗਦਾ ਵਾ ਇਹਨੂੰ ਮਤਲਬ ਰੈਡੀ ਹੋਣ ਦੇ ਵਿੱਚ ਰੈਡੀ ਹੋਣ ਤੇ 10-15 ਮਿੰਟ ਲੱਗ ਜਾਂਦੇ 10-15 ਮਿੰਟ ਲੱਗ ਜਾਂਦੇ ਤੇ ਇਹਨੂੰ ਮਤਲਬ ਇਸ ਤੋਂ ਬਿਨਾ ਆਪਣੇ ਕੋਲ ਇੱਥੇ ਹੋਰ ਕੀ ਕੀ ਮਿਲਦਾ ਮਸਾਲਾ ਡੋਸਾ ਹੈਗਾ ਜੀ ਟੈਨਿਸ ਮਿਲ ਜਾਏਗਾ ਜੀ ਜੀ ਔਰ ਖਾਣਾ ਮਿਲ ਜਾਏਗਾ ਖਾਣਾ ਮਿਲ ਜਾਏਗਾ ਤੇ ਕਿੰਨੇ ਵਜੇ ਤੱਕ ਆਪਣੇ ਸਾਢੇ 11 ਵਜੇ ਤੱਕ ਖੁੱਲ੍ਹਦਾ ਹੈ ਸਾਢੇ 11 ਠੀਕ ਹੈ ਜੀ ਥੈਂਕ ਯੂ ਅੱਗੇ ਅੰਦਰ ਜਾ ਕੇ ਦੇਖਦੇ ਆ ਜੀ ਕੀ ਲੋਕਾਂ ਦਾ ਰਿਵਿਊ ਆ ਜੀ ਅੱਜ ਲੋਕ ਦੀ ਐਂਟਰੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਕਿੱਦਾਂ ਸਾਰੇ ਜਣੇ ਐਂਜੋਏ ਕਰ ਰਹੇ ਆ ਚਾਂਪਾਂ ਨੂੰ ਸਾਹਮਣੇ ਭਾਜੀ ਬੈਠੇ ਪਹਿਲਾਂ ਇਹਨਾਂ ਦਾ ਹੀ ਇੱਕ ਰਿਵਿਊ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਚਾਂਪਾ ਖਾ ਖਾ ਸਿਹਤ ਬਣਾਈ ਚਾਂਪਾ ਖਾ ਹੋਈ ਠੀਕ ਹੈ ਰੋਟੀ ਨਹੀਂ ਬੱਲ ਲੱਗਦੀ ਤੁਹਾਡੀ ਰੂਟੀਨ ਤਾਂ ਨਹੀਂ ਨਹੀਂ ਮੈਂ ਫਸਟ ਟਾਈਮ ਆਇਆ ਸੀ ਫਸਟ ਟਾਈਮ ਆਇਆ ਹਾਂਜੀ ਕਿੱਦਾਂ ਲੱਗਿਆ ਲੱਗੀ ਚਾਂਪਾ ਓਕੇ ਬੋੜਾ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਵੀ मलाई चाम लिती वेज कबाब फिश सोया फिश तो बहुत अच्छी है क्वालिटी बहुत अच्छी है टेस्ट भी बहुत अच्छा है चंगी डिश बनती सारे टूरिस्ट भी गए मैंने साफ सुथरी जगह की हर संडे वधिया लगता सानू चांपा खान नू स्वाद टेस्टी है खा रहे आपां
ਕੇਰਾ ਮੈਂ ਮਲਾਈ ਚਾਪ ਬੱਚਿਆਂ ਲਈ ਰੋਸਟਰ ਵੀ ਖਾ ਲਈਦਾ ਤੇ ਡੋਸਾ ਵੀ ਬਹੁਤ ਸਵਾਦ ਹੈ ਥੋੜਾ ਤੇ ਚੇਂਜ ਹੁੰਦੀ ਹੈ बड़ा वधिया लगा जी सानू इत्थे आके लोकां दा रिव्यू सुनिया सारे लोग पसंद करदे आ तो असीं इत्थे चांप ट्राई करांगे वेखदे आ जी सब तों ज्यादा उहनां दी फेमस केड़ी चांप आ सब तों ज्यादा लोग केड़ी चांप नूं पसंद करदे आ ਉਹ ਅਸੀਂ ਟਰਾਈ ਕਰਾਂਗੇ ਖਾਵਾਂਗੇ ਤੇ ਖਾ ਕੇ ਤੁਹਾਨੂੰ ਦੱਸਾਂਗੇ ਆਓ ਜੀ ਹੁਣ ਬਾਹਰ ਚੱਲੀਏ ਹਾਂਜੀ ਸਭ ਤੋਂ ਜ਼ਿਆਦਾ ਹੈਲਦੀ ਤੇ ਸਭ ਤੋਂ ਜ਼ਿਆਦਾ ਜਿਹੜੀ ਵਧੀਆ ਚੀਜ਼ ਹੈਗੀ ਤੁਸੀਂ ਆਪੇ ਸਾਨੂੰ ਇੱਕ ਟੇਸਟ ਕਰਵਾ ਸਕਦੇ ਹੋ ਤੇ ਦੂਸਰੀ ਗੱਲ ਇਹ ਹੈ ਕਿ ਮੈਨੂੰ ਪਲੀਜ਼ ਕਿਹੜੀਆਂ ਵਾਰੀ ਵਾਰ ਤਰ੍ਹਾਂ ਦੇ ਤੁਸੀਂ ਚਾਂਪਾ ਲਾਉਂਦੇ ਹੋ ਉਹਨਾਂ ਦਾ ਪ੍ਰਾਈਸ ਵੀ ਦੱਸ ਦਿਓ ਮਲਾਈ ਚਾਂਪ ਦਾ ਰੇਟ ਮਸਾਲਾ ਅਫਗਾਨੀ ਹਰਿਆਲੀ ਅਚਾਰੀ 70 ਰੁਪਏ ਗੱਜ ਪਨੀਰ ਟਿੱਕਾ 90 ਰੁਪਏ ਜੇ ਸੋਇਆ ਕਬਾਬ 90 ਰੁਪਏ ਸੋਇਆ ਪਿਕ ਚਾਂਪ ਹੋਰ 120 ਰੁਪਏ ਮਸ਼ਰੂਮ ਟਿੱਕਾ ਵੀ 90 ਰੁਪਏ ਸਾਨੂੰ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਵਧੀਆ ਹੈਗੀ ਉਹ ਦੇ ਦਿਓ ਸਪਾਈਸੀ ਜ਼ਿਆਦਾ ਜਿਵੇਂ ਹੋ ਜਾਂਦੀਆਂ ਨੇ ਜੀ ਹਾਂ ਜੀ ਤੇ ਲੋਕਾਂ ਦਾ ਰਿਵਿਊ ਤੇ ਅਸੀਂ ਲਿਆਵਾਂਗੇ ਲੋਕਾਂ ਨੂੰ ਤੇ ਮਤਲਬ ਤੁਹਾਡੀ ਇੱਥੇ ਦੀ ਹਰੇਕ ਚੀਜ਼ ਹੀ ਬਹੁਤ ਪਸੰਦ ਆਉਂਦੀ ਹੈ ਤੇ ਜੱਗਾ ਡਾਕੂ ਨੂੰ ਦੁਬਾਰਾ ਦੱਸੋਗੇ ਮੈਨੂੰ ਕੀ ਮਤਲਬ ਹੈ ਜੱਗਾ ਡਾਕੂ ਮਤਲਬ ਕਿ ਜਿਹੜੀ ਥੋੜੀ ਖੱਟ ਮਿੱਟੀ ਜਿਹਾ ਟੇਸਟ ਹੁੰਦਾ ਉਹਦਾ ਹਾਂ ਜੀ ਹਾਂ ਜੀ ਤੇ ਜਿਹੜੀ ਉਸ ਤਰ੍ਹਾਂ 147 ਤੁਹਾਨੂੰ ਪਤਾ 147 ਮੇਰੇ 147 ਦੀ ਬਹੁਤ ਸਪਾਈਸੀ ਜਿਹੜੀ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਚਲੋ ਅਸੀਂ ਦੇਖਦੇ ਹਾਂ ਕਿ ਹੁਣ ਕਿਹੜੀ ਆਰਡਰ ਕਰੀਏ ਜੱਗਾ ਡਾਕੂ ਤੇ AK-47 ਨੂੰ ਸੁਣਨ ਤੋਂ ਬਾਅਦ ਹੁਣ ਅਸੀਂ ਆਏ ਹਾਂ ਬਾਹਰ ਤੇ ਵੇਖਦੇ ਹਾਂ ਕਿਹੜੀ ਚਾਪ ਆਰਡਰ ਕਰਦੇ ਹਾਂ ਭਾਜੀ ਜਿਹੜੀ ਥੋੜੀ ਜਿਹੀ ਮੀਡੀਅਮ ਜੀ ਸਪਾਈਸੀ ਹੋਵੇ ਮਸਾਲਾ ਚਾਪ ਮਸਾਲਾ ਚਾਪ ਤੇ ਉਸ ਤੋਂ ਘੱਟ ਤੋਂ ਘੱਟ ਹੀ ਮਸਾਲਾ ਚਾਪ ਹੈ ਓਕੇ ਓਕੇ ਠੀਕ ਆ ਜਿਹੜੀ ਉਸ ਤੋਂ ਥੋੜੀ ਜ਼ਿਆਦਾ ਲੈਣੀ ਤੇ ਘੱਟ ਹੀ ਚਾਪ ਹੈ ਜੀ ਉਸ ਤੋਂ ਜ਼ਿਆਦਾ ਹੋਰ ਸਪਾਈਸੀ ਹੈ ਤੇ ਜਿਹੜੀ ਆਪਣੀ ਮਲਾਈ ਚਾਪ ਉਹਨਾਂ ਮੋਸਟਲੀ ਦੇਖਿਆ ਲੋਕੀ ਅੰਦਰ ਉਹ ਖਾ ਰਹੇ ਆ ਮਲਾਈ ਚਾਪ ਹੋਰ ਬਣਾ ਲੈਣਾ ਪੱਕਾ ਵੀ ਖਾ ਲੈ ਤੇ ਮਲਾਈ ਚਾਪ ਥੋੜੀ ਜਿਹੀ ਸਪਾਈਸੀ ਹੋ ਸਕਦੀ ਹੈ ਨਹੀਂ ਉਹ ਸਪਾਈਸੀ ਹੋ ਸਕਦੀ ਹੈ ਸਪਾਈਸੀ ਹੋ खा के टेस्ट करके मैं ही खाने होंगे चाप खाधी यार मूंह पाया घुल गई है ना ही ज्यादा मिर्चा लग गई पी मेनू तो ना ही ज्यादा मतलब फिकी फिकी लगन डी है बहुत एंडलेस आराम नाल एक बंदा एक प्लेट खा सकता गाइस चांपा तो बहुत खादिया पर इदा रिसोर्ट में कभी नहीं जो खादी बहुत ही ज्यादा एंडलेस चांप है वो दूसरी गल यह हैगी सेटिंग अरेंजमेंट का बहुत वधिया तो सर्विस भी बड़ी वधिया तो मतलब जो पीपल्स है उन्होंने इन्ना क ज्यादा रश है बाहर तक खड़े हुए हैं अंदर आने की लाइन लगी हुई है वेट कर रहे हैं कदों इतनी स्पेस हो गए कदों आप जाके बैठिए तो इधर भी मेरे आस पास देख सकते हो सारे जने खड़े वेट कर रहे हैं कदों टेबल फ्री हो गए कदों आप जाके खाइए तो चांपा का मजा लीए फ्रेंड्स इतने एक होर भाजी बैठे हुए हैं आपां इन्हां दा एक रिव्यू लैने हैं जी सत श्री अकाल जी चांपा खान तो पिछले 3-4 साल तो आ रहे हैं वैसे जिन्हां दी दुकान है मेरे खुद फ्रेंड ही है ते बहुत वधिया टेस्ट है कि बहुत मशहूरी है चढ़दी कला वाकई चढ़दी कला वाला काम है कि जो कि हर तरह की चांप साउथ इंडियन खाना सब कुछ मिलता है इतने मैं पूछना चाहूंगी तुसी इत्थे आके सब तो ज्यादा केड़ी चांप खाते ज्यादा इत्थे मशहूर मलाई चांप ही है रुमाली रोटी खाधी तो बहुत ही आनंद ही आता है बिल्कुल हफ्ते 3-4 चक्कर लग ही जाते हैं जी
ਚੜ੍ਹਦੀ ਕਲਾ ਵਾ ਸ਼ਾਮੀ ਸਾਡਾ ਰੋਜ਼ ਡੇਲੀ ਮੇਲ ਜੋਲ ਹੋ ਜਾਂਦਾ ਮਲਾਈ ਚਾਂਪ ਬਟ ਉਹ ਤੇ ਚਲੋ ਇੱਕ ਫਨੀ ਨੇਮਸ ਹੋ ਗਏ ਨਾ ਤੁਸੀਂ ਆਪਣੇ ਵੱਲੋਂ ਰੱਖਿਆ ਕਿ ਜਿੱਦਾਂ ਸਪਾਈਸੀ ਹੈ ਜਿਹੜਾ ਸਪਾਈਸੀ ਦੀ ਕੋਈ ਆਈਟਮ ਹੋ ਜਾ ਤੁਸੀਂ ਆਹੀ ਰੱਖ ਰਹੇ ਜੀ ਜਦੋਂ ਵੀ ਇੱਥੇ ਸਾਰੇ ਜਣੇ ਆਉਣ ਇੱਥੇ ਅੰਮ੍ਰਿਤਸਰ ਵਿੱਚ ਆ ਕੇ ਚਾਂਪਾ ਜ਼ਰੂਰ ਖਾ ਕੇ ਜਾਣ ਤੇ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਈ ਕਿ ਚਾਂਪਾ ਖਾਣੇ ਖਾਣੇ ਇੱਥੇ ਮਤਲਬ ਚਾਂਪਾ ਦੇ ਨਾਲ ਨਾਲ ਲੰਚ ਤੇ ਡਿਨਰ ਦਾ ਵੀ ਪ੍ਰਬੰਧ ਹੈਗਾ ਜੀ ਸੋ ਜਿਹੜੇ ਵੀ ਕਸਟਮਰ ਤੇ ਆਪਣੇ ਇੱਥੇ ਅੰਮ੍ਰਿਤਸਰ ਦੇ ਵਿੱਚ ਆਉਂਦੇ ਆ ਜਾਂ ਆਉਂਦੀਆਂ ਨੇ ਦੂਰੋਂ ਦੂਰੋਂ ਗੁਰੂ ਘਰ ਦਰਸ਼ਨ ਕਰਨ ਦੇ ਲਈ ਇੱਕ ਦਰਬਾਰ ਸਾਹਿਬ ਤੋਂ ਜ਼ਿਆਦਾ ਦੂਰੀ ਤੇ ਵੀ ਨਹੀਂ ਹੈ ਅਜੀਤਨਗਰ ਇਸ ਰੋਡ ਦਾ ਨਾਮ ਹੈਗਾ ਵਾ ਸਾਹਮਣੇ ਮੇਰੇ ਪੱਠਾ ਮਾਰਕੀਟ ਹੈ ਜਿਹਨੂੰ ਸੁਲਤਾਨਪੁਰ ਮਾਰਕੀਟ ਵੀ ਕਿਹਾ ਜਾਂਦਾ ਵਾ ਸੋ ਜਦੋਂ ਵੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਓ ਬਈ ਮੈਂ ਹੋਰ ਤੇ ਕੁਛ ਨਹੀਂ ਕਹਿੰਦੀ ਪਰ ਚਾਂਪਾ ਜ਼ਰੂਰ ਖਾ ਕੇ ਸੋ ਫਰੈਂਡਸ ਇਹ ਸੀ ਸਾਡਾ ਅੱਜ ਦਾ ਵਲੌਗ ਚਾਂਪਾ ਖਾਣ ਤੋਂ ਬਾਅਦ ਆਪਾਂ ਆ ਗਏ ਹਾਂ ਘਰ ਆ ਕੇ ਤੇ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਨੂੰ ਚਾਂਪਾ ਖਾ ਕੇ ਬਹੁਤ ਮਜ਼ਾ ਆਇਆ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓਜ਼ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ